a South Asian Canadian channel. ਉਹਨਾਂ ਬੇਕਸੂਰੇ ਸਿੱਖਾਂ ਦੇ ਉੱਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਸ ਸਿੱਖ ਤੜਫ ਨੂੰ ਮਹਿਸੂਸ ਕਰਦੇ ਹੋਏ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਵੀਰ ਸੀਗੇ ਉਹ ਇਸ ਸੰਘਰਸ਼ ਦੇ ਵਿੱਚ ਸਰਗਰਮ ਹੋਏ, ਜਿਨ੍ਹਾਂ ਦਾ ਕੋਈ ਜਾਤੀ ਹਿੱਤ ਨਹੀਂ ਸੀ, ਨਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਸੀ, ਪਰ ਕਿਉਂਕਿ ਬਹੁਤ ਵੱਡਾ ਇੱਕ ਹਮਲਾ ਸੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਤੇ ਇਸ ਆਜ਼ਾਦ ਭਾਰਤ ਦੇ ਵਿੱਚ, ਅਤੇ ਉਸ ਦਰਦ ਨੂੰ ਮਹਿਸੂਸ ਕਰਦੇ ਹੋਏ ਬਹੁਤ ਸਾਰੇ ਨੌਜਵਾਨ ਸਾਡੇ ਕੁਛ ਝੂਠੇ ਕੇਸਾਂ ਦੇ ਵਿੱਚ ਉਹ ਸਾਰੇ ਨਜਾਇਜ਼ ਫਸਾ ਕੇ ਅਦਾਲਤਾਂ ਪਰੋਂ ਉਹਨਾਂ ਨੂੰ ਕਿਸੇ ਨੂੰ ਉਮਰ ਕੈਦ, ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਉਹਨਾਂ ਦੇ ਵਿੱਚ ਸਾਡੇ ਲਗਭਗ 22 ਸਿੱਖ ਕੈਦੀ, ਜਿਨ੍ਹਾਂ ਦੇ ਵਿੱਚ 9 ਉਹ ਆ ਜਿਹੜੇ 25 ਤੋਂ ਲੈ ਕੇ 32-33 ਸਾਲ ਦੀ ਕੈਦ ਦੇ ਵਿੱਚ ਬੰਦ ਪਏ ਆ। ਔਰ ਸਮੁੱਚੇ ਪੰਥ ਨੇ ਵੱਖ ਵੱਖ ਰੂਪਾਂ ਦੇ ਵਿੱਚ ਆਪਣੇ ਯਤਨ ਵੀ ਕੀਤੇ। ਪਹਿਲਾਂ ਵੀ ਇਹਦੇ ਲਈ ਯਤਨ ਆਰੰਭੇ ਗਏ ਸੀ ਅਤੇ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਲਈ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਪਟੀਸ਼ਨ ਵੀ ਪਾ ਕੇ ਆਏ ਸੀ, ਅਤੇ ਫਿਰ ਜਦੋਂ ਪਿੱਛੇ ਸਾਹਿਬਾਂ ਦਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ 550 ਸਾਲਾ ਆਇਆ ਅਤੇ ਸਾਡੇ ਲਗਭਗ 7 ਜੁਝਾਰੂ ਵੀਰਾਂ ਨੂੰ ਰਿਹਾ ਕਰਨ ਦਾ ਕੇਂਦਰ ਦੀ ਸਰਕਾਰ ਨੇ ਅਨਾਊਂਸ ਕੀਤਾ ਸੀ, ਔਰ ਉਹਨਾਂ ਦੇ ਵਿੱਚੋਂ ਹਾਲੇ ਬਹੁਤ ਸਾਰੇ ਅੰਦਰੇ ਬੈਠੇ ਆ ਅਤੇ ਜਿਹਦੇ ਦਰਦ ਨੂੰ ਮਹਿਸੂਸ ਕਰਕੇ ਸਮੁੱਚੇ ਪੰਥ ਨੇ ਇੱਕ ਫੈਸਲਾ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਉਸ ਹਦਾਇਤ ਦੇ ਤਹਿਤ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨੇ ਹਦਾਇਤ ਕੀਤੀ ਸੀ ਕਿ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜਿਹੜੀ ਇਹਨਾਂ ਦੇ ਰਿਹਾ ਕਰਾਉਣ ਦਾ ਵੀ ਯਤਨ ਕਰੇ ਅਤੇ ਵੱਖ ਵੱਖ ਤੌਰ 'ਤੇ, ਚਾਹੇ ਉਹ ਕਾਨੂੰਨ ਦਾ ਪਹਿਲੂ ਆ ਅਤੇ ਚਾਹੇ ਕੋਈ ਹੋਰ ਰਸਤਾ ਅਖਤਿਆਰ ਕਰਨਾ ਪਵੇ ਉਹ ਕਰੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਅੱਜ ਦੀ ਮੀਟਿੰਗ ਦਾ ਸੱਦਾ ਦਿੱਤਾ ਸੀ ਸਾਰੇ ਸਮੁੱਚੇ ਪੰਥ ਨੂੰ, ਹੋਕਾ ਵੀ ਦਿੱਤਾ ਸੀ, ਕੁਛ ਤਾਂ ਸਾਰਿਆਂ ਨੂੰ ਸੱਦੇ ਪੱਤਰ ਵੀ ਭੇਜੇ ਗਏ, ਕੁਛ ਜਿਹੜੇ ਸੀ ਉਹ ਸੱਦੇ ਪੱਤਰ ਤੋਂ ਬਗੈਰ ਵੀ ਖੁੱਲ੍ਹਾ ਨਿੰਦਾ ਦਿੱਤਾ ਗਿਆ ਸੀ ਕਿ ਸਾਰੇ ਇੱਥੇ ਆ ਕੇ ਇਕੱਤਰ ਹੋਣ। ਮੈਨੂੰ ਖੁਸ਼ੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਕੋਰ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ, ਉਹਨਾਂ ਦੇ ਨਾਲ ਪੰਥ ਦੀ ਵੱਡੀ ਧਿਰ ਸਾਡੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਤੋਂ ਇਲਾਵਾ ਸਾਡੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਬੁੱਢਾ ਦਲ ਸਾਡੇ ਸਿੱਖਾਂ ਦੀ ਜਿਹੜੀ ਮੁੰਡਲੀ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ, ਉਹਨਾਂ ਦੇ ਵਿੱਚ ਸਾਡੇ ਬਾਬਾ ਵਿਧੀ ਚੰਦ ਜੀ ਸੁਰ ਸਿੰਘ ਵਾਲੇ, ਉਹਨਾਂ ਦੀ ਜਥੇਬੰਦੀ, ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਦੀ ਜਥੇਬੰਦੀ, ਬਾਬਾ ਗੱਜਣ ਸਿੰਘ ਜੀ ਤਰਨਾ ਦਲ, ਅਤੇ ਹੋਰ ਵੀ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਆਈਆਂ। ਉਚੇਚੇ ਤੌਰ 'ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਸਰਨਾ, ਸਾਬਕਾ ਦਿੱਲੀ ਦੇ ਪ੍ਰਧਾਨ, ਉਹਨਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਜੀ ਜੀਕੇ ਜਿਹੜੇ ਸਾਬਕਾ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਨਾਲ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਹੋਰ ਵੀ ਸਾਰੇ ਮਹਾਂਪੁਰਸ਼, ਕਾਰ ਸੇਵਾ ਵਾਲੇ ਮਹਾਂਪੁਰਸ਼, ਉਹਨਾਂ ਦੇ ਨਾਲ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਸ਼, ਔਰ ਹੋਰ ਵੀ ਸਾਰੀਆਂ ਜਥੇਬੰਦੀਆਂ ਉਚੇਚੇ ਤੌਰ 'ਤੇ ਅੱਜ ਇੱਥੇ ਹਾਜ਼ਰੀ ਭਰ ਲੈ ਪਹੁੰਚੀਆਂ, ਔਰ ਸਾਰਿਆਂ ਨੇ ਇੱਕ ਸੁਰਤਾ ਦੇ ਨਾਲ ਸਾਰੇ ਮਤਭੇਦ ਭੁਲਾ ਕੇ
ਇਹ ਫੈਸਲਾ ਕੀਤਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰਾ ਇਹਨਾਂ ਨੂੰ ਲੀਡ ਕਰਨਗੇ ਇਕੱਠੇ ਹੋ ਕੇ ਅਤੇ ਉਹਦੇ ਤਹਿਤ ਜਿਹੜਾ ਇਹ ਸੰਘਰਸ਼ ਆਰੰਭਿਆ ਜਾਵੇ। ਉਹਦੇ ਵਿੱਚ ਸਾਡੇ ਅੱਜ 3 ਮਤੇ ਵੀ ਪੇਸ਼ ਹੋਏ ਆ, ਜਿਨ੍ਹਾਂ ਮਤਿਆਂ ਦੇ ਵਿੱਚ ਸਰਦਾਰ ਕਰਨੈਲ ਸਿੰਘ ਜੀ ਪੰਜੌਲੀ ਜਨਰਲ ਸਕੱਤਰ ਸਾਹਿਬ, ਉਹਨਾਂ ਨੇ ਮਤਾ ਜਿਹੜਾ ਕਿਉਂਕਿ ਸਿੱਖਾਂ ਦੀਆਂ 1947 ਤੋਂ ਪਹਿਲਾਂ ਵੀ ਬਹੁਤ ਵੱਡੀਆਂ ਦੇਣਾਂ ਆ ਇਸ ਮੁਲਕ ਨੂੰ, ਜੇ ਕੁਰਬਾਨੀਆਂ ਦੀ ਗੱਲ ਕਰ ਲਵਾਂ, ਫਾਂਸੀਆਂ ਦੀ ਗੱਲ ਕਰ ਲਵਾਂ, ਅਤੇ ਉਹ ਮਤਾ ਪੇਸ਼ ਹੋਇਆ। ਉਸ ਮਤੇ ਦੇ ਤਹਿਤ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਅਤੇ ਉਹਨਾਂ ਮਹਾਨ ਸਾਡੇ ਸਿੱਖ ਕੈਦੀਆਂ ਪ੍ਰਤੀ ਵੱਖ ਵੱਖ ਸਾਡੇ ਜਿਹੜੀਆਂ ਕੌਨਸਟੀਟਿਊਸ਼ਨਲ ਪੋਸਟ, ਚਾਹੇ ਪ੍ਰੈਜੀਡੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੋਮ ਮਿਨਿਸਟਰ, ਉਹਨਾਂ ਸਾਰਿਆਂ ਨੂੰ ਵਫਦਾਂ ਦੇ ਰੂਪ ਦੇ ਵਿੱਚ, ਚਾਹੇ ਉਹ ਗਵਰਨਰ ਹੋਣ, ਵਫਦਾਂ ਦੇ ਰੂਪ ਦੇ ਵਿੱਚ ਮਿਲਿਆ ਜਾਊਗਾ। ਉਹ ਤੋਂ ਇਲਾਵਾ ਜੇ ਇੱਕ ਸੁਰਤਾ ਦੇ ਨਾਲ ਇਹ ਸਾਰਾ ਕਾਰਜ ਨੇਪੜੇ ਚੜ੍ਹ ਜਾਏ ਤਾਂ ਬਹੁਤ ਵਧੀਆ, ਨਹੀਂ ਤਾਂ ਫਿਰ ਅਗਲਾ ਜਿਹੜਾ ਸੰਘਰਸ਼ ਉਹ ਸਾਰਾ ਰਲ ਮਿਲ ਕੇ ਜਿਹੜੀ ਕਮੇਟੀ ਆ ਉਹਦਾ ਅਨਾਊਂਸ ਕਰੂਗੀ। A South Asian Canadian channel.